ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਤੁਹਾਡਾ ਆਪਣਾ ਰਤਨ ਸਿੰਘ, ਅਤੇ ਮੇਰੇ ਨਾਲ ਕੈਮਰਾ ਪਰਸਨ ਭੁਪਿੰਦਰ ਕੁਮਾਰ ਜੀ ਮਾਰਸਲ। ਅਤੇ ਅੱਜ ਅਸੀਂ ਪਹੁੰਚੇ ਹਾਂ ਤਪ ਸਥਾਨ ਗੁਰਦੁਆਰਾ ਬਾਬਾ ਦਰਬਾਰਾ ਸਿੰਘ ਜੀ, ਅਤੇ ਹੁਸੈਨਪੁਰ ਤਲਵੰਡੀ ਚੌਧਰੀਆਂ ਰੋਡ ਦੇ ਬਿਲਕੁਲ ਉੱਪਰ ਹੈ। ਆਓ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੱਜ ਆਪਾਂ ਪਹੁੰਚੇ ਹਾਂ ਗੁਰਦੁਆਰਾ ਤਪ ਅਸਥਾਨ ਬਾਬਾ ਦਰਬਾਰਾ ਸਿੰਘ ਜੀ। ਆਪਾਂ ਗੱਲਬਾਤ ਕਰਦੇ ਹਾਂ ਸਰਦਾਰ ਰਘਵੀਰ ਸਿੰਘ ਜੀ ਨਾਲ, ਜੋ ਇੱਥੇ ਪ੍ਰਸਾਦ ਦੀ ਡਿਊਟੀ ਨਿਭਾਉਂਦੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਕਾ ਖਾਲਸਾ, ਸ੍ਰੀ ਵਾਹਿਗੁਰੂ ਫਤਿਹ ਜੀ। ਇਹ ਤਪ ਅਸਥਾਨ ਤਨਤਾ ਬਾਬਾ ਦਰਬਾਰ ਸਮਾਧ ਟਿੱਬਾ ਵਿਖੇ ਮੌਜੂਦ ਹੈ ਜੀ, ਜੋ ਕਪੂਰਥਲੇ ਤੋਂ ਸੁਲਤਾਨਪੁਰ ਦੇ ਬਿਲਕੁਲ ਕਪੂਰਥਲੇ ਦੇ ਨਜ਼ਦੀਕ ਹੈ ਜੀ। ਇਹ ਕਪੂਰਥਲੇ ਤੋਂ 22 ਕਿਲੋਮੀਟਰ, ਸੁਲਤਾਨਪੁਰ ਤੋਂ 12 ਕਿਲੋਮੀਟਰ ਪੈਂਦਾ ਹੈ ਜੀ। ਇਹ ਤਪ ਅਸਥਾਨ ਬਾਬਾ ਦਰਬਾਰਾ ਸਿੰਘ ਦੇ, ਇੱਥੇ ਬਹੁਤ ਤਪੱਸਿਆ ਕੀਤੀ ਜੀ। ਇਹ ਬਾਬਾ ਦਰਬਾਰਾ ਸਿੰਘ ਦਾ ਇਹੋ ਜਿਹਾ ਦਰਬਾਰ ਹੈ, ਜੋ ਵੀ ਇੱਥੇ ਹੁੰਦਾ ਵਾ ਆਪਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ, ਮੌਕੇ ਹੋਣ ਕਿਸੇ ਦੇ, ਖਾਰਸ਼ ਹੋਵੇ, ਖੁਜਲੀ ਹੋਵੇ, ਸਭ ਇੱਥੇ ਦੁੱਖ ਦੁਆਰ ਹੁੰਦੇ ਆ ਜੀ। ਇਹ ਜਲ ਪਵਿੱਤਰ ਨਾਲ ਜਲ ਇੱਥੋਂ ਦਾ ਜੀ, ਜੋ ਇੱਥੇ ਇਹਨਾਂ ਨੇ ਬੌਲੀ ਸਾਹਿਬ ਸਾਰੀ ਆਪਣੇ ਹੱਥਾਂ ਸਾਰੀ ਹੈ ਜੀ, ਉਹ ਪਵਿੱਤਰ ਜਲ ਸੰਗਤਾਂ ਆਪਣੇ ਘਰਾਂ 'ਚ ਲੈ ਕੇ ਜਾਂਦੀਆਂ ਹੈ ਜੀ। ਉੱਥੇ ਆਪਣੇ ਪਰਿਵਾਰ 'ਚ ਛਕਦੇ ਆ ਜੀ, ਛੱਟਾਂ ਦਿੰਦੇ ਆ ਜੀ, ਪਰਿਵਾਰ ਦੇ ਦੁੱਖ ਦੇ ਦੂਰ ਹੁੰਦੇ ਆ ਜੀ। ਮੱਝਾਂ ਦੇ ਲਵੇਰੇ ਵੀ ਇੱਥੋਂ ਮਿਲਦੇ ਹਰ ਕਦੋਂ, ਕਿਰਪਾ ਦੀ ਮਾਲਕੀ ਸੱਚੇ ਪਾਤਸ਼ਾਹ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਨੂੰ ਦਿਓ ਇਜਾਜ਼ਤ, ਅੱਜ ਸਿਰਫ ਇੰਨਾ ਹੀ, ਫਿਰ ਮਿਲਾਂਗੇ ਨਵੀਂ ਵੀਡੀਓ ਲੈ ਕੇ ਕਿਸੇ ਨਵੀਂ ਥਾਂ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।